तुसी वेख रहे हो टैक न्यूज़ ते मैं सिमन धालीवाल। अमृतसर दे विच उस समय अफड़ा तफड़ी मच गई जदों एक दुकान दे विच भयानक अग लग गई। जी हाँ, अग लगन दे नाल एक वड्डा हंगामा होना उत्थे शुरू हो गया, लोकां दे विच भजदौड़ मच गई है। जी हाँ, तस्वीरें तुहानू विखा दिंदे हां। अमृतसर दे तो यह खबर सामने आई है जिथे कि अमृतसर दे विच अचानक एक फर्नीचर की दुकान दे विच अग लग गई है। जी हाँ, फायर ब्रिगेड दी गड्डियां मौके ते पहुंच के अग नूं बुझाउण दे विच काम कर रही सन, जिस तों बाद पुलिस मौके ते पहुंची ते उन्हां वल्लों नज़दीक दीआं सारीआं बिल्डिंगां नूं खाली करवाया गया। एक घटना अमृतसर दे कटरा शेर सिंह की दसी जा रही है, जिस विच फर्नीचर की दुकान नूं अग लग के लखां रुपए का समान सड़ के सुभा हो गया। गनीमत यह रही कि किसी भी व्यक्ति की इस विच जख्मी होने की खबर नहीं आई है। उत्थे पुलिस वल्लों मौके ते पहुंच के जांच शुरू की गई। जी हाँ, अचानक एक दुकान दे नूं अग लग गई अते अग लगन तो बाद हर पासे हफड़ा तफड़ी मच गई ते उत्थे ही हुण फायर ब्रिगेड दीआं गड्डियां नूं बुलाया गया, जिन्हां दे वल्लों उत्थे जाके अग बुझाउण दा काम कीता गया। तुहानूं सुणाउने आ कि इस पूरे मामले बारे उत्थे मौजूद लोकां दा ते पुलिस दा की कहना है। ਇਹ ਅੱਜ ਇੱਥੇ ਸਵੇਰੇ ਕਰੀਬ ਘੰਟਾ ਡੇਢ ਘੰਟਾ ਪਹਿਲਾਂ ਇੱਥੇ ਅੱਗ ਲੱਗੀ ਹੈ ਜੀ, ਕਟੜਾ ਸ਼ੇਰ ਸਿੰਘ ਦੇ ਵਿੱਚ ਨਾ ਫਰਨੀਚਰ ਦੀ ਦੁਕਾਨ ਆ, ਪਲਾਸਟਿਕ ਦਾ ਫਰਨੀਚਰ ਵਗੈਰਾ, ਉਹ ਗੱਦੇ ਗੁੱਦੇ ਵਗੈਰਾ ਆ ਗਏ, ਉਹਨੂੰ ਅੱਗ ਲੱਗ ਗਈ ਹੈ। ਉਹਦੇ ਸੰਬੰਧ 'ਚ ਆਪਾਂ ਇੱਥੇ ਆਏ ਹੋਏ ਹਾਂ, ਫਾਇਰ ਬ੍ਰਿਗੇਡ ਦੀਆਂ ਟੀਮਾਂ ਆਈਆਂ ਹੋਈਆਂ ਨੇ, ਕਰੀਬ 5-6 ਗੱਡੀਆਂ ਫਾਇਰ ਬ੍ਰਿਗੇਡ ਦੀਆਂ ਇੱਥੇ ਲੱਗੀਆਂ ਹੋਈਆਂ, ਅੱਗ ਬੁਝਾਉਣ ਦੀ ਕੋਸ਼ਿਸ਼ ਕਰ ਰਹੀਆਂ। ਪਹਿਲਾਂ ਇੱਕ ਵਾਰੀ ਬੁਝ ਗਈ ਸੀ, ਹੁਣ ਦੁਬਾਰਾ ਥੋੜ੍ਹੀ ਜਿਹੀ, ਫਿਰ ਕਿਉਂਕਿ ਗੱਦੇ ਅੰਦਰ ਪਏ ਨੇ, ਉਹਨਾਂ ਨੂੰ ਫਿਰ ਧੋ ਗਈ ਆ, ਹੁਣ ਦੁਬਾਰਾ ਪਾਣੀ ਮਾਰ ਕੇ ਅੱਗ ਬੁਝਾ ਦਿੱਤੀ। ਕੋਈ ਜਾਨੀ ਨੁਕਸਾਨ ਨਹੀਂ ਜੀ? ਜਾਨੀ ਨੁਕਸਾਨ ਕੋਈ ਨਹੀਂ ਹੈ ਜੀ, ਬਾਕੀ ਸਾਰੇ ਜਿਹੜੇ ਐਡਜਾਇਨਿੰਗ ਜਿਹੜੀਆਂ ਬਿਲਡਿੰਗ ਨੂੰ ਵੀ ਖਾਲੀ ਕਰਾ ਲਈਆਂ ਗਈਆਂ ਨੇ, ਕੋਈ ਪਬਲਿਕ ਦਾ ਬੰਦਾ ਕੋਈ ਇੱਥੇ ਹੈ ਨਹੀਂ। ਅੱਗ ਲੱਗਣ ਦਾ ਕਾਰਨ ਕੀ ਲੱਗਦਾ? ਕਾਰਨ ਅਜੇ ਤਾਂ ਕੋਈ ਐਗਜੈਕਟਲੀ ਕਲੀਅਰ ਨਹੀਂ ਕਰ ਸਕਦੇ ਜੀ, ਹੁਣ ਜਦੋਂ ਇਹ ਅੱਗ ਬੁਝੇਗੀ ਉਸ ਤੋਂ ਬਾਅਦ ਫਿਰ ਉਹ ਘਰਦਿਆਂ ਨਾਲ ਦੁਕਾਨਦਾਰਾਂ ਨਾਲ ਗੱਲ ਕਰਾਂਗੇ, ਕਿਹੜੀ ਗੱਲੋਂ ਅੱਗ ਲੱਗੀ ਹੈ ਜਾਂ ਸ਼ਾਰਟ ਸਰਕਟ ਹੋਇਆ ਕੀ ਹੋਇਆ, ਉਸ ਤੋਂ ਬਾਅਦ ਪਤਾ ਲੱਗੇਗਾ। ਮੇਰਾ ਨਾਂ ਸ਼ਿਵ ਕੁਮਾਰ ਹੈ। ਮੈਂ ਇਹ ਕੋਈ ਲਗਭਗ 9 ਵਜੇ ਤੋਂ ਬਾਅਦ ਦੀ ਗੱਲ ਹੈ, 9-9:30 ਦੇ ਵਿਚਕਾਰ ਹੈ, ਅਤੇ ਮੈਂ ਤਾਂ ਅੱਜ ਨਾ ਸਵੇਰੇ 7:30 ਵਜੇ, ਅਤੇ ਐਕਚੁਲੀ ਮੈਂ ਬਾਹਰੋਂ ਕੁਛ ਇੱਦਾਂ ਪੇਪਰ ਦੇਣ ਜਾ ਰਿਹਾ ਸੀ ਉੱਧਰ ਨੂੰ, ਅਤੇ ਉਧਰੋਂ ਬਿਲਕੁਲ ਮੈਂ ਧੂਫ ਜਿੰਨਾ ਧੂੰਆਂ ਦੇਖਿਆ, ਬਿਲਕੁਲ ਧੂਫ ਜਿੰਨਾ ਨਹੀਂ ਹੁੰਦਾ, ਉਹਨੇ ਦੇਖਿਆ ਮੈਂ ਰੌਲਾ ਪਾਇਆ, ਮੈਂ ਕਿਹਾ ਉੱਪਰ ਅੱਗ ਲੱਗ ਗਈ ਜੇ। ਉਹ ਦੇਖਦੇ ਅੱਗ ਨੇ ਬੜਾ ਭਿਆਨਕ ਹੀ ਰੂਪ ਲੈ ਲਿਆ। ਬਾਕੀ ਕੋਈ ਜਾਨੀ ਨੁਕਸਾਨ ਤਾਂ ਨਹੀਂ ਆਇਆ? ਨਹੀਂ, ਜਾਨੀ ਨੁਕਸਾਨ ਕੋਈ ਨਹੀਂ ਹੈਗਾ। ਅੰਦਰ ਇਹਨਾਂ ਦਾ ਬੇਟਾ ਹੀ ਥੱਲੇ ਕੰਮ ਕਰ ਰਿਹਾ ਸੀ, ਉਹ ਬੁਕਰ ਬੱਕਰ ਲਾ ਰਹੇ, ਸਵੇਰੇ ਓਪਨਿੰਗ ਕਰ ਰਹੇ ਆਪਣੀ ਦੁਕਾਨ ਦੀ। ਕਿੰਨੇ ਵਜੇ ਦਾ ਵਾਕਿਆ ਹੋਇਆ? ਇਹ 9-9:30 ਦੇ ਵਿੱਚ ਹੈਗਾ, 9:15 ਦੇ ਉੱਪਰ ਹੀ ਗਿਆ। ਕੱਲ੍ਹ ਦੁਕਾਨ ਹੈ, ਕੱਲ੍ਹ ਕੰਮ ਹੈ? ਇਹ ਗੱਦਿਆਂ ਦਾ ਕੰਮ ਹੈਗਾ, ਫਰਨੀਚਰ, ਮਤਲਬ ਕਿ ਆਪਣਾ ਗੱਦੇ ਹੈਗੇ ਆ, ਕੁਰਸੀਆਂ ਵਗੈਰਾ ਪਲਾਸਟਿਕ ਦੀਆਂ, ਸਟੀਲ ਦਾ ਵੀ ਸਮਾਨ ਹੈਗਾ ਇਹਦੇ ਕੋਲ। ਨਹੀਂ, ਇੱਥੇ ਕੋਈ ਨਹੀਂ ਰਹਿੰਦਾ ਜੀ, ਇਹ ਰਹਿੰਦੇ ਆਪ ਤੇ ਰਹਿੰਦੇ ਕ੍ਰਿਸ਼ਨਾ ਸਕੇਅਰ 'ਚ, ਕਟੜਾ ਸ਼ੇਰ ਸਿੰਘ ਮੈਡੀਸਨ ਮਾਰਕੀਟ, ਕਟੜਾ ਸ਼ੇਰ ਸਿੰਘ ਨੰਬਰ 2। ਅਤੇ ਉਸ ਟਾਈਮ 'ਤੇ ਫਿਰ ਜਦੋਂ ਸਮਾਨ ਸਮੂਨ ਸਾਰਿਆਂ ਨੇ ਬਾਜ਼ਾਰ ਵਾਲਿਆਂ ਨੇ ਬਾਹਰ ਕੱਢਣਾ ਸ਼ੁਰੂ ਕਰਤਾ, ਅਤੇ ਗੱਡੀ ਫਾਇਰ ਬਹੁਤ ਜਲਦੀ ਆ ਗਿਆ ਸੀ, ਐਸੀ ਕੋਈ ਗੱਲ ਨਹੀਂ, ਮਤਲਬ ਕਿ ਤਕਰੀਬਨ 5-6 ਮਿੰਟ 'ਚ। ਮਾਲੀ ਨੁਕਸਾਨ ਤਾਂ ਬਹੁਤ ਜ਼ਿਆਦਾ, ਮਿਨੀਮਮ 20-25 ਲੱਖ ਦੇ ਨੁਕਸਾਨ ਹੈ, ਸਮਾਨ ਬਹੁਤ ਹੈਗਾ ਜੀ। ਠੀਕ ਹੈ।